ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਫਲੋਰੀ ਨਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਸੀਂ ਬ੍ਰਹਮ ਕੇ ਬੇਟੇ ਨਹੀਂ ਬਣਦੇ ਤੁਹਾਨੂੰ ਪਾਪ ਬ੍ਰਹਮ ਦੀ ਸੁਰਤ ਨਹੀਂ ਆਏਗੀ। ਇਹ ਜਿਹੜਾ ਆਦਿ ਗ੍ਰੰਥ ਹੈਗਾ ਪਾਪ ਬ੍ਰਹਮ ਦੀ ਬਾਣੀ ਹੈਗੀ, ਤੇ ਇਸ ਕਰਕੇ ਪਹਿਲਾਂ ਆਪਣੇ ਬ੍ਰਹਮ ਕੇ ਬੇਟੇ ਬਣੋ ਫਿਰ ਤੁਸੀਂ ਪਾਪ ਬ੍ਰਹਮ ਦੇ ਬਣੋਗੇ। ਜਿਹੜਾ ਹਰਫ ਅੱਲਾ ਹੈਗਾ ਨਾ ਉਹ ਇਲਾ ਤੂੰ ਹੈਗਾ, ਇਲਾ ਹੁੰਦਾ ਕਬੀਲੇ ਦਾ ਪਿਓ, ਜਿਹੜਾ ਮੇਰਾ ਜੱਟ ਹੈਗਾ। ਜਿੰਨਾ ਚਿਰ ਆਪਣੇ ਕਬੀਲੇ ਦਾ ਨਹੀਂ ਬਣਦਾ ਉਹਨਾਂ ਚ ਪੱਕੇ ਪਿਓ ਅਲ ਇਲਾ ਦੀ ਫਾਦਰ ਸਕ੍ਰਿਪਚਰ ਉਹਦਾ ਨਹੀਂ ਬਣ ਸਕਦਾ। ਇਹਨੂੰ ਸੇਵ ਸਿੰਘ ਹੈਗੀ ਬ੍ਰਹਮ ਕੇ ਬੇਟੇ ਸ਼ਬਦ ਪਛਾਤਾ। ਇੱਥੇ ਮੈਂ ਕਰ ਰਿਹਾ ਸੋਰਠ ਮਹਲਾ ਤੀਜਾ, ਸਤਿਗੁਰੂ ਅਮਰਦੇਵ ਜੀ ਇਹਨਾਂ ਕੋਲ ਜਿਹੜੇ ਫੜਾਏ ਸੀਗੇ, ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਮਾਰੀ ਸੀਗੀ, ਹੋਮੇ ਮਾਰ ਕੇ ਉਹਨਾਂ ਨੂੰ ਰਾਮ ਰਾਜੇ ਚ ਵਾੜਿਆ ਸੀਗਾ। ਤੇ ਇੱਥੇ ਸੀਗੇ ਨਾ ਜਿਹੜੇ ਲੋਕੀ, ਸਤਿਗੁਰੂ ਅੰਗਦ ਦੇਵ ਜੀ ਨੇ ਉਹਨਾਂ ਦੀ ਹੋਮੇ ਮਾਰ ਕੇ ਉਹਨਾਂ ਦਾ ਜਿਹੜਾ ਬੀਜ ਸੀਗਾ ਉਹ ਬੀਜਿਆ ਸੀਗਾ, ਉਹਨਾਂ ਤੇ ਬਜਵਾਇਆ ਸੀਗਾ। ਬਜਵਾ ਕੇ ਤੇ ਫਿਰ ਉਹ ਜਿੱਦਾਂ ਹੁੰਦਾ ਨਾ ਟਮਾਟਰ ਦਾ ਬੀਜ ਹੁੰਦਾ ਨਾ ਉਹਨੂੰ ਦਬਾ ਵਿੱਚ ਦਬਾ ਦਈਏ ਜ਼ਮੀਨ 'ਚ ਤਾਂ ਪੌਦਾ ਨਿਕਲਦਾ ਟਮਾਟਰ ਦਾ, ਉਹਦੀ ਪਛਾਣ ਜਿਹੜੀ ਹੁੰਦੀ ਨਾ ਉਹ ਵਿੱਚ ਹੁੰਦੀ ਹੈਗੀ, ਬਾਹਰ ਨਹੀਂ ਹੁੰਦੀ। ਬਾਹਰ ਉਹ ਪੌਦਾ ਹੈਗਾ ਉਹ ਫਲ ਲਿਆਉਂਦਾ ਹੈਗਾ, ਉਹਨੂੰ ਕਹਿੰਦੇ ਦਵੀਜਾ। ਜਿੰਨਾ ਚਿਰ ਦਵੀਜਾ ਨਹੀਂ ਬਣਦਾ ਉਨਾ ਚਿਰ ਉਹ ਇੱਥੇ ਨਹੀਂ ਬਣਦਾ ਵਾਇਸ ਬੋਲ। ਇੱਥੇ ਹੈਗੇ ਨੇ ਵੰਸ਼ ਬੋਲ ਅਕੀਜਾ, ਤੇ ਇੱਥੇ ਉਹਨਾਂ ਨੇ ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਮਾਰ ਕੇ ਉਹਨਾਂ ਦੀ ਉਹਨਾਂ ਨੂੰ ਰਾਮ ਰਾਜੇ 'ਚ ਵਾੜਿਆ ਸੀਗਾ। ਇੱਥੇ ਏਕ ਪਿਤਾ ਹਾਂ ਬਾਰੇ ਕੁਛ, ਇੱਥੇ ਸਾਡਾ ਰੂਹ ਦਾ ਪਿਓ ਹੈਗਾ, ਜਿਸਮ ਦਾ ਨਹੀਂ ਹੈਗਾ। ਤੇ ਏਕ ਪਿਤਾ ਹਾਂ ਬਾਰੇ ਕੁਛ ਕੇ ਤੇ ਇੱਥੇ ਫਿਰ ਸਤਿਗੁਰੂ ਅਮਰਦੇਵ ਜੀ ਦੇ ਹੱਥ ਫੜਾਏ, ਉਹਨਾਂ ਨੂੰ ਹੁਣ ਸੁਰਤੀ ਆ ਗਈ ਹੈਗੀ ਪਾਪ ਬ੍ਰਹਮ ਦੀ, ਉਹਨਾਂ ਨੂੰ ਉਹਨਾਂ ਨੇ ਦੁਬਦਾ ਭੰਨੀ ਵੀ ਹੁਣ ਤੁਸੀਂ ਮਨਮੁਖ ਨਾ ਬਣੋ ਹੁਣ ਗੁਰਮੁਖ ਬਣੋ, ਯਾਨੀ ਕਿ ਅੱਗੇ ਨੂੰ ਤੁਰੋ ਪਿੱਛੇ ਨੂੰ ਨਾ ਤੁਰੋ। ਜਿਹੜਾ ਗੁਰਮੁਖ ਹੁੰਦਾ ਹੈਗਾ ਉਹ ਗੁਰ ਨਾਲ ਬੋਲਦਾ, ਗੁਰ ਹੁੰਦਾ ਤਰੀਕਾ, ਗੁਰ ਦਾ ਮਤਲਬ ਗੁਰੂ ਨਹੀਂ ਹੈਗਾ। ਤਰੀਕਾ ਕੀ ਹੈਗਾ? ਲੋਜੀਕਲ ਰੀਜਨਿੰਗ। ਜਿੱਦਾਂ 1984 'ਚ ਕੋਈ ਖੱਤਰੀ ਸੀ, ਕੋਈ ਅਰੋੜਾ ਸੀ, ਕੋਈ ਜੱਟ ਸੀ, ਕੋਈ ਚੂੜਾ, ਕੋਈ ਚਮਾਰ ਸੀ, ਇਹ ਪੈਦਾ ਹੋਏ ਸੀ, ਇਹੋ ਹੀ ਮਰੇ ਸੀਗੇ। ਇਹਨਾਂ ਨੂੰ ਕਹਿੰਦੇ ਬਿੰਦੀ ਰੂਪ, ਸਿੱਖ ਨਾਦੀ ਰੂਪ ਹੈਗਾ। ਬੋਲਿਆ ਪਤਾ ਲੱਗਦਾ ਕਿ ਇਹਨੇ ਸਿੱਖਿਆ, ਸਿੱਖ ਨੂੰ ਕੋਈ ਹੱਥ ਨਹੀਂ ਲਾ ਸਕਦਾ, ਇਹ ਸੂਖਸ਼ਮ ਰੂਪ ਹੈਗਾ। ਅਸਥੂਲ ਰੂਪ ਜਿਹੜਾ ਸੀਗਾ ਉਹ ਸੀਗਾ ਕਿਸੇ ਦਾ ਜੱਟ, ਕਿਸੇ ਦਾ ਚੂੜਾ, ਕਿਸੇ ਦਾ ਚਮਾਰ, ਮੇਰਾ ਨਿੱਜਰ ਜੱਟ ਹੈਗਾ ਅਸਥੂਲ ਰੂਪ। ਤੇ ਇਸ ਕਰਕੇ ਕੌਮਾਂ ਦੇ ਲੋਕ ਪੈਦਾ ਹੋਏ, ਕੌਮਾਂ ਦੇ ਲੋਕ ਮਰੇ ਸੀਗੇ। ਇਹ ਜਿਹੜਾ ਕੂੜ ਹੈਗਾ ਇਹ ਬਹੁਤ ਵਰਤਿਆ ਹੋਇਆ ਤੇ ਲੋਕੀ ਬੇਤਾਲੇ ਬੋਲਦੇ ਨੇ। ਸੱਚ ਕਾਲ ਕੂੜ ਵਰਤਿਆ ਕੱਲ ਕੱਲ ਲੱਖ ਬੇਤਾਲ। ਕੱਲ ਦਾ ਕਲਯੁਗ ਦਾ ਜਿਹੜੇ ਲੱਛਣ ਹੈਗੇ ਨੇ ਕਰੈਕਟਰਿਸਟਿਕ ਉਹ ਹੈਗੇ ਲੋਕੀ ਬੇਤਾਲੇ ਬੋਲਦੇ ਨੇ। ਇਹ ਹੈਗਾ ਸੋਰਠ ਮਹੱਲਾ ਤੀਜਾ, ਸਤਿਗੁਰੂ ਅਮਰਦੇਵ ਜੀ ਦੇ ਹੱਥ ਫੜਾਏ, ਉਹਨਾਂ ਨੇ ਦੁਬਦਾ ਪੜਨੀ। ਹਰ ਜੀਓ ਤੁਧ ਨਾ ਸਦਾ ਸਲਾਹੀ, ਪਿਆਰੇ
ਜਿੱਚਰ ਗੱਟ ਅੰਤਰ ਹੈ ਸਾਫ਼ਾ, ਜਿੰਨਾ ਚਿਰ ਮੈਂ ਜਿੰਨਾ ਮੈਂ ਤੈਨੂੰ ਤੇਰੀਆਂ ਤਰੀਫਾਂ ਕਰਾਂਗਾ। ਪਾਰ ਬ੍ਰਹਮ ਜਿਹੜਾ ਅੰਦਰ ਹੈਗਾ, ਇੱਥੇ ਹੈਗਾ ਪਾਰ ਬ੍ਰਹਮ ਵਸਦਾ। ਇੱਕ ਪਲ ਖਿਨ ਵਿਸਰੇ ਤੂੰ ਸੁਆਮੀ, ਜਾਣੀਓ ਬਰਸ ਪਚਾਸਾ। ਜੇ ਮੈਨੂੰ ਇੱਕ ਸਾਲ ਇੱਕ ਤਿੰਨ ਵੀ ਥੋੜ੍ਹਾ ਚਿਰ ਵੀ ਵਿਸਰੇ ਨਾ, ਏਦਾਂ ਹੁੰਦਾ ਵੀ ਜਿੱਦਾਂ 50 ਸਾਲ ਹੋ ਗਏ ਤੈਨੂੰ ਭੁੱਲੇ ਨੂੰ। ਹਮ ਮੂਰ ਮੁਗਧ, ਮੂਰ ਮੁਗਧ ਮੈਂ ਮੂਰਖ ਤੇ ਹੁਮੇ ਵਿੱਚ ਮਰੇ ਹੋਏ। ਸਦਾ ਸਹਿ ਭਾਈ ਗੁਰ ਕੇ ਸ਼ਬਦ ਪ੍ਰਗਾਸਾ, ਸਦਾ ਇੱਥੇ ਰਹਿੰਦੇ ਆਪਣੇ ਹੁਮੇ ਵਿੱਚ, ਮੈਂ ਹੂੰ ਕਰਦੇ ਰਹਿੰਦਾ। ਇਹ ਜਿਹੜਾ ਜਦੋਂ ਗੁਰ ਦਾ ਗੁਰ ਹੁੰਦਾ ਤਰੀਕਾ, ਗੁਰ ਦਾ ਮਤਲਬ ਗੁਰੂ ਨਹੀਂ ਹੈਗਾ ਇੱਥੇ, ਇਹ ਅਸਲ ਹਰਫ ਹੈਗਾ ਸਤਿਗੁਰ ਪ੍ਰਗਾਸਾ। ਸਤ ਦਾ ਗੁਰ ਜਿਹਨੂੰ ਆਵੇ, ਤਰੀਕਾ ਆਵੇ, ਉਹ ਤਰੀਕਾ ਕਿਹੜਾ? ਲੋਜੀਕਲ ਰੀਜਨਿੰਗ। ਤੇ ਇਹ ਹੈਗਾ ਨਾ ਕਲਯੁਗ ਜਿਹੜਾ ਹੈਗਾ, ਇਹ ਹੈਗਾ ਸਤਿਗੁਰ ਮਤ ਵੇਲਾ ਹੈਗਾ, ਤੇ ਸਤਿਗੁਰ ਦੇ ਮਤ ਨਾਲ ਚੱਲਣਾ ਹੈਗਾ। ਗੁਰ ਹੁੰਦਾ ਤਰੀਕਾ, ਲੋਜੀਕਲ ਰੀਜਨਿੰਗ। ਜਿੱਦਾਂ 1984 'ਚ ਇੱਕ ਮਹੀਨੇ ਸਿੱਖ ਮਰਿਆ, ਚੂੜਾ ਚਮਾਰ ਜੱਟ ਅਰੋੜਾ ਖੱਤਰੀ ਇਹ ਮਰੇ ਸੀਗੇ ਜਿਹੜੇ ਪੈਦਾ ਹੋਏ ਨੇ। ਹਮ ਮੂਲ ਮੁਗਲ ਸਦਾ ਸਹਿ ਭਾਈ ਗੁਰ ਕੇ ਸ਼ਬਦ ਪਗਾਸਾ, ਤੂੰ ਗੁਰ ਲੋਜੀਕਲੀ ਤੂੰ ਤੂੰ ਨਜ਼ਰ ਆਉਣਾ ਚਮਕਦਾ ਹੈਗਾ। ਇਹ ਹੈਗਾ ਲੋਜੀਕਲ ਰੀਜਨਿੰਗ ਦੀ ਐਂਡ ਪ੍ਰੋਡਕਟ ਜਿਹੜੀ ਹੁੰਦੀ ਨਾ, ਜਿਹੜਾ ਅੰਤ ਹੈਗਾ ਉਹ ਹੈਗਾ ਲੋਗੋ। ਲੋਗੋ ਹੈਗਾ ਹਿਜ ਵਰਡ, ਹਿਜ ਵਰਡ ਹੈਗਾ ਫੇਸ ਆਫ ਗੋਡ, ਤਾਂ ਤੁਸੀਂ ਉਹਦਾ ਚਿਹਰਾ ਦੇਖਦੇ ਹੈਗੇ। ਹਰ ਜਿਉ ਤੁਮ ਆਪੇ ਦੇ ਬੁਝਾਈ, ਤੇ ਆਪੇ ਬੁਝਾਉਣਾ ਕੋਈ ਆਦਮੀ ਦੀ ਹਿੰਮਤ ਨਹੀਂ ਹੈਗੀ, ਉਹ ਆਪੇ ਦਿੰਦਾ ਜਿਹਨੂੰ ਉਹ ਭਾਲਦਾ ਵੀ ਇਹ ਠੀਕ ਹੈਗਾ ਆਦਮੀ, ਜਿਹਦਾ ਦਿਲ ਸਾਫ਼ ਹੈਗਾ। ਜਿਹੜਾ ਰਿਸ਼ਵਤ ਲੈਂਦਾ ਹੈਗਾ ਅੰਦਰ ਉਹਦੇ ਜਿਹੜਾ ਹੈਗਾ ਲੋਭ ਹੈਗਾ, ਉੱਥੇ ਨਹੀਂ ਉਹ ਦਿੰਦਾ, ਉੱਥੇ ਉਹ ਮਾਇਆ ਦੇ ਪਿੱਛੇ ਜਾਂਦੇ ਨੇ, ਜਿੱਦਾਂ ਇਹ ਗ੍ਰੰਥੀ ਹੈਗੇ ਨੇ ਅੱਜ ਕੱਲ੍ਹ ਦੇ। ਹਰ ਜਿਉ ਤੁਮ ਆਪੇ ਜੇ ਬੁਝਾਈ, ਆਪੇ ਜਿੰਨਾ ਬੁਝਾ ਜਿਹੜੀ ਜਿਹੜਾ ਚਾਹੁੰਦਾ ਜਿਹੜਾ ਲੋਚਦਾ ਹੈਗਾ। ਹਰ ਜਿਉ ਤੁਮ ਵਿੱਚੋਂ ਵਾਰਿਆ, ਸਦ ਹੀ ਤੇਰੇ ਨਾਮ ਵਿੱਚੋਂ ਬਲ ਜਾਈ, ਕਹਿੰਦੇ ਵੀ ਮੈਂ ਬਾਰੇ ਬਾਰੇ ਜਾਵਾਂ ਅਤੇ ਤੇਰੇ ਨਾਮ ਵਰਤੋਂ ਜਿਹੜਾ ਹੈਗਾ ਨਾ ਉਹ ਮੈਂ ਬਲ ਬਲ ਜਾਈ, ਵੀ ਬੜਾ ਮੈਂ ਖੁਸ਼ ਹੈਗਾ। ਗ੍ਰੇਸ, ਬਲ ਦਾ ਮਤਲਬ ਹੁੰਦਾ ਗ੍ਰੇਸ, ਵੀ ਤੇਰੀ ਮਿਲ ਤੇਰੀ ਕਿਰਪਾ ਨਾਲ ਮੈਨੂੰ ਤੇ ਨਾਮ ਮਿਲਿਆ ਹੈਗਾ। ਰਹਾਓ ਹਮ ਸ਼ਬਦ ਮੂਹੇ, ਸ਼ਬਦ ਮਾਰੇ ਜੀਵ ਵਾਲੇ ਭਾਈ, ਸ਼ਬਦ ਹੀ ਮੁਕਤ ਪਾਈ। ਕਹਿੰਦੇ ਸ਼ਬਦ ਜਿਹੜਾ ਹੈਗਾ ਮੋਏ, ਇਹਦਾ ਹੈਗਾ ਮੈਂ ਹੋਮੇ ਜਿਹੜੀ ਸੀਗੀ ਕਿ ਮੈਂ ਜੱਟ ਹੈਗਾ, ਕੋਈ ਚੂੜਾ ਕੋਈ ਚਮਾਰ ਹੈਗਾ, ਜਦੋਂ ਆਦਮੀ ਦਾ ਰੂਹ ਦੇ ਵਿੱਚ ਪਤਾ ਲੱਗ ਜਾਏ, ਪਾਰ ਬ੍ਰਹਮ ਦਾ ਪਤਾ ਲੱਗ ਜਾਏ, ਉਹ ਤੁਹਾਡੀ ਰੂਹ ਦਾ ਹੈਗਾ, ਤੁਹਾਡੇ ਕੋਲ ਉੱਥੇ ਜਿਸਮ ਦਾ ਨਹੀਂ ਹੈਗਾ। ਯਾਨੀ ਕਿ ਰਾਮ ਰਾਜੇ 'ਚ
ਇੱਥੇ ਜਿਸਮ ਹੈਗਾ, ਹਰ ਇੱਕ ਦਾ ਆਪਣਾ ਆਪਣਾ ਮਾਂ ਪਿਓ ਹੈਗਾ। ਜਿਹੜਾ ਬ੍ਰਾਹਮਣ ਹੈਗਾ ਉਹ ਹੋਮੇ ਉੱਚੀ ਕਰਦਾ ਹੈਗਾ, ਅਤੇ ਜਿਹੜਾ ਸਤਿਗੁਰੂ ਹੈਗਾ ਉਹ ਹੋਮੇ ਮਾਰਦਾ ਹੈਗਾ। ਉਲਟੀ ਬਈ, ਇੱਥੇ ਹੋਮੇ ਚੱਲਦੀ ਕਿ ਇੱਥੇ ਉਲਟੀ ਬਈ ਹੋ ਜਾਂਦੀ, ਇੱਥੇ ਤੁਹਾਡੀ ਜਿਹੜਾ ਮੁਕਤ ਮਿਲ ਜਾਂਦੀ। ਇੱਥੇ ਹੈਗਾ ਜਨਮ ਮਰਨ ਵਿੱਚ ਆਉਣਾ, ਪੈਦਾ ਹੁੰਦਾ ਅਤੇ ਮਰ ਜਾ, ਰੀ ਇਨਕਾਰਨੇਸ਼ਨ। ਇਹਨੂੰ ਕਹਿੰਦੇ ਰੀਜਰੈਕਸ਼ਨ ਜਾਂ ਸਾਲਵੇਸ਼ਨ, ਮੁਕਤ। ਹਮ ਸ਼ਬਦ ਮੂਏ, ਸ਼ਬਦ ਮਾਰੇ ਜਿਵਾਲਾ, ਉਹਨੇ ਮੈਨੂੰ ਜਗਾ ਲਿਆ ਪਾਰ ਬ੍ਰਹਮ ਦੇ ਵਿੱਚ। ਆਪਣਾ ਪਿਓ ਜਿਹੜਾ ਸੀਗਾ ਉਹਨੂੰ ਮੈਂ ਥੱਲੇ ਦੱਬ ਦਿੱਤਾ, ਜਿੱਦਾਂ ਪੌਦੇ ਟਮਾਟਰ ਦਾ ਸੀਡ ਹੁੰਦਾ ਹੈਗਾ, ਪਹਿਲਾਂ ਉਹ ਸੀਗਾ ਮੈਂ ਮੂਮੇ ਵਿੱਚ, ਮੈਂ ਟਮਾਟਰ ਦਾ ਸੀਡ ਹੈਗਾ। ਜਦੋਂ ਬੀਜਿਆ ਗਿਆ ਉਹ ਮਰ ਗਿਆ, ਫਿਰ ਪੌਦਾ ਨਿਕਲਿਆ, ਉਹ ਜਿਵਾਲਾ ਹੈਗਾ। ਸ਼ਬਦ ਗੁਰ ਜਿਵਾਲੇ ਭਾਈ, ਸ਼ਬਦ ਹੀ ਮੁਕਤ ਪਾਈ, ਫਿਰ ਮੁਕਤ ਪਾਈ ਜਾਂਦਾ ਜਿੱਦਾਂ ਦਾ ਪਿਓ ਉਦਾਂ ਦਾ ਪੁੱਤਰ। ਸ਼ਬਦ ਮਨ ਧਨ ਨਿਰਮਲ ਹੋਆ, ਮਨ ਅਤੇ ਧਨ ਇਹ ਦੋਨਾਂ 'ਤੇ ਸ਼ਬਦ ਨਾਲ ਤੁਹਾਨੂੰ ਸਭ ਕੁਛ ਚੀਜ਼ ਨਜ਼ਰ ਆਉਂਦੀ ਪਈ ਹੋਆ। ਹਰ ਵਸਿਆ ਮਨ ਆਈ, ਹਰ ਜਿਹੜਾ ਉਹ ਮਨ 'ਚ ਵਸ ਗਿਆ, ਤੁਸੀਂ ਗੁਰਮੁਖ ਬਣ ਗਿਆ। ਜਿਹੜਾ ਮਨਮੁਖ ਹੈਗਾ ਉਹਦੇ 'ਚ ਲੋਭ ਵਸਿਆ ਹੋਏਗਾ, ਸ਼ੈਤਾਨ ਦਾ ਲੋਭ। ਸ਼ਬਦ ਗੁਰਦਾਤਾ, ਸ਼ਬਦ ਗੁਰਦਾਤਾ ਜਿਤ ਮਨ ਰਾਤਾ, ਹਰ ਸਿਉ ਰਿਹਾ ਸਮਾਈ। ਸ਼ਬਦ ਗੁਰਦਾਤਾ, ਜਿਹੜਾ ਸ਼ਬਦ ਦਾ ਗੁਰ ਹੁੰਦਾ ਹੈਗਾ ਤਰੀਕਾ, ਲੋਜੀਕਲ ਰੀਜਨਿੰਗ, ਉਹ ਤੁਹਾਨੂੰ ਸ਼ਬਦ ਦਿੰਦਾ ਹੈਗਾ ਲੋਗੋ। ਅਤੇ ਦਾਤਾ ਜਿਤ ਮਨ ਰਾਤਾ, ਉਹਦੇ ਨਾਲ ਤੁਹਾਡਾ ਮਨ ਰਤਿਆ ਜਾਂਦਾ, ਰੰਗ ਚੜ੍ਹ ਜਾਂਦਾ, ਉਹਨੂੰ ਤੁਸੀਂ ਗੁਰਮੁਖ ਬਣ ਜਾਂਦੇ ਹੈਗੇ। ਸ਼ਬਦ ਗੁਰਦਾਤਾ ਜਿਤ ਮਨ ਰਾਤਾ, ਹਰ ਸਿਉ ਰਿਹਾ ਸਮਾਈ। ਫਿਰ ਤੁਸੀਂ ਹੈਗੇ ਸੀਲਡ ਟੂ ਸਰਵ ਗੋਡ, ਤੁਸੀਂ ਗੁਰਮੁਖ ਹੈਗੇ ਆ। ਤੁਸੀਂ ਤੁਹਾਡੇ ਜਿਹੜਾ ਮੂੰਹ ਹੈਗਾ ਪਾਪ ਬ੍ਰਹਮ ਹੈਗਾ, ਪਿੱਠੇਗੀ ਦੁਨੀਆ ਵੱਲ। ਤੁਹਾਨੂੰ ਕਮਲਾ ਕਹਿਣ ਕੁਛ ਕਹਿਣ, ਤੁਸੀਂ ਕੋਈ ਪਰਵਾਹ ਨਹੀਂ ਕਰਦੇ। ਜਿੱਦਾਂ ਸਤਿਗੁਰ ਨਾਨਕ ਦੇਵ ਜੀ ਪੁਰਾਹੀਆ ਕਹਿੰਦੇ ਸੀ ਨਾ, ਇਸ ਤਰ੍ਹਾਂ ਹੈਗਾ ਵੀ ਲੋਕੀ ਤੁਹਾਨੂੰ ਕੁਛ ਕਹਿਣ, ਤੁਸੀਂ ਪਰਵਾਹ ਨਹੀਂ ਕਰਦੇ। ਤੁਸੀਂ ਆਪਣਾ ਪਾਪ ਬ੍ਰਹਮ ਵੱਲ ਮੂੰਹ ਰੱਖਣਾ ਹੈਗਾ, ਜੋ ਉਹਨੂੰ ਪਾਉਂਦਾ ਉਹੀ ਬੋਲਣਾ ਹੈਗਾ। ਓਕੇ, ਸ਼ਬਦ ਨਾ ਜਾਣੇ ਸੈ ਅੰਨੇ ਬੋਲੇ, ਜਿਹੜੇ ਸ਼ਬਦ ਨਹੀਂ ਜਾਣਦੇ ਅਤੇ ਉਹ ਅੰਨੇ ਹੈਗੇ ਨੇ, ਯਾਨੀ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਦੁਨੀਆਂ 'ਚ ਕੀ ਹੋ ਰਿਹਾ। ਬੋਲੇ ਹੈਗੇ ਨੇ, ਉਹਨਾਂ ਨੇ ਕੰਨ ਬੰਦ ਕੀਤੇ ਹੋਏ, ਕਹਿੰਦੇ ਇਸੇ ਨਹੀਂ ਸੁਣਨਾ, ਇਸ ਤਾਂ ਬ੍ਰਹਮ ਨਹੀਂ ਸੁਣਨੀ ਹੈਗੀ। ਪਿੱਛੇ ਲੱਗ ਜਾਂਦੇ, ਜਿਹੜੇ ਪਿੱਛੇ ਲੱਗੇ ਹੁੰਦੇ ਉਹ ਨਿਆਰੇ ਨਹੀਂ ਹੁੰਦੇ, ਉਹ ਜਿੱਥੇ ਉਹਨਾਂ ਦਾ ਜਾਂਦਾ ਹੈਗਾ ਆਗੂ, ਉਹਦੇ ਮਗਰ ਹੀ ਉਹ ਫਿਰ ਮਰਦੇ ਨੇ ਉੱਥੇ। ਅੰਨੇ ਬੋਲੇ ਸਹਿਕਿਤ ਆਏ ਸੰਸਾਰਾ, ਇੱਦਾਂ ਦੇ ਆਦਮੀ ਕਿਉਂ ਸੰਸਾਰ ਵਿੱਚ ਆਏ, ਯਾਨੀ ਕਿ ਜਿਹੜੇ ਅੰਨੇ ਦੇ ਬੋਲੇ ਹੈਗੇ ਨੇ। ਹਰ ਰਸ ਨਾ ਪਾਇਆ, ਬਿਰਥਾ ਜਨਮ ਗਵਾਇਆ, ਜੰਮੇ ਵਾਰੇ ਵਾਰੇ ਵਾਰਾ। ਹਰ ਰਸ, ਜੇ ਤੁਸੀਂ ਲੋਜੀਕਲ ਰੀਜਨਿੰਗ ਨਾਲ ਜਿਹੜਾ ਹੈਗਾ ਲੋਗੋ ਨਹੀਂ ਪਾਇਆ,
ਓਹਦਾ ਨਾਮ ਨੀ ਪਾਇਆ, ਓਹਦਾ ਚਿਹਰਾ ਨੀ ਦੇਖਿਆ ਪਾਪ ਬ੍ਰਹਮ ਦਾ। ਤੁਸੀਂ ਇੱਥੇ ਆਓਗੇ ਦੁਨੀਆਂ ਚ ਤੇ ਜੰਮੋਗੇ ਤੇ ਮਰੋਗੇ, ਮੁਕਤ ਨੀ ਪਾਓਗੇ। ਬਿਸ਼ਟਾਂ ਕੇ ਕੀੜੇ, ਯਾਨੀ ਕਿ ਜਿਹਦਾ ਬਿਸ਼ਟਾ ਹੁੰਦਾ ਟੱਟੀ ਟੱਟੀ ਜਾਂ ਬਦਬੂ ਵਾਲੇ, ਓਹਦੇ ਜਿਹੜੇ ਕੀੜੇ ਹੁੰਦੇ ਨੇ, ਬਿਸ਼ਟਾਂ ਮਾਹੇ ਮੈਂ ਸਮਾਣੇ ਮਨਮੁਖ ਮੁਗਧ ਗੁਬਾਰਾ। ਜਿਹੜਾ ਮਨਮੁਖ ਹੈਗਾ ਉਹ ਕੀੜਾ ਹੈਗਾ ਬਿਸ਼ਟ ਦਾ, ਉੱਥੇ ਉਹ ਬੜਾ ਖੁਸ਼ ਰਹਿੰਦਾ ਹੈਗਾ ਵੀ ਮੇਰੇ ਇੰਨੀ ਖੁਸ਼ਬੂ ਆਉਂਦੀ ਅਤੇ ਸਭ ਕੁਛ, ਉੱਥੇ ਹੀ ਉਹ ਫਿਰ ਮਰਦਾ ਹੈਗਾ। ਬਿਸ਼ਟਾਂ ਮੇਹ ਸਮਾਣੇ ਮਨਮੁਖ ਮੁਗਧ ਗੁਬਾਰਾ, ਉਹਨੂੰ ਆਪਣਾ ਗੁਬਾਰ ਚੜਿਆ ਹੈਗਾ ਹੋਮੇ ਵਿੱਚ, ਉਹਨੂੰ ਦੌਲਤ ਦਾ ਹੋਮੀ ਹੋ ਜਾਂਦੀ ਹੈਗੀ। ਮੇਰੇ ਐਡਾ ਵੱਡਾ ਮਕਾਨ ਹੈਗਾ, ਆਹ ਹੈਗਾ ਉਹ ਹੈਗਾ, ਆਪੇ ਘਰ ਵੇਖੇ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਏ। ਪਾਰ ਬ੍ਰਹਮ ਆਪੇ ਵੇਖ ਲੈਗਾ ਸਾਰਾ, ਆਪੇ ਤੁਹਾਨੂੰ ਰਸਤਾ ਦਿਖਾਉਂਦਾ ਹੈਗਾ ਅਤੇ ਰਸਤੇ 'ਚ ਪਾਉਂਦਾ ਹੈਗਾ, ਅਤੇ ਉਹਦੇ ਬਿਨਾਂ ਹੋਰ ਕੋਈ ਨਹੀਂ ਹੈਗਾ। ਇੱਦਾਂ ਹੈਗਾ ਨਾ, ਜਿਹੜਾ ਇੰਟਰਫੇਸ ਹੈਗਾ ਨਾ, ਇਹ ਮਨ ਦੇ ਅੰਨਿਆਂ ਦਾ ਵੀ ਹੈਗਾ। ਜੇ ਇੱਕ ਹੈਗਾ ਪਾਰ ਬ੍ਰਹਮ ਜਾਂ ਗੋਡ, ਉਹਦੀ ਫੇਸ ਵੀ ਇੱਕ ਹੈਗੀ, ਦੋ ਨਹੀਂ ਹੈਗੀਆਂ। ਦੋ ਹੋਣਗੀਆਂ ਤਦ ਜੇ ਉਹ ਦੋ ਹੋਏਗਾ। ਇਸ ਕਰਕੇ ਕਿਸੇ ਕਿਸੇ ਨੂੰ ਇਹ ਇੱਦਾਂ ਦੀ ਸੋਚ ਆਉਂਦੀ ਹੈ ਕਿ ਬਾਕੀ ਅੰਨੇ ਹੈਗੇ ਮਨ ਦੇ, ਆਪਣੀਆਂ ਤਰੀਫਾਂ ਪਾਲਦੇ ਨੇ, ਜਿਹੜੀਆਂ ਆਪਣੀਆਂ ਤਰੀਫਾਂ ਪਾਲਦੇ ਉਹ ਇਹ ਚੀਜ਼ ਨਹੀਂ ਪਾਉਂਦੇ। ਉਹਨਾਂ ਨੂੰ ਮੂੰਹ ਪਾਰ ਬ੍ਰਹਮ ਵੱਲ ਕਰਨਾ ਚਾਹੀਦਾ, ਜਿਹੜਾ ਉਹਨੂੰ ਪਾਉਂਦਾ ਉਹ ਬੋਲੇ। ਬੀਤਾ ਕਿ ਕੀੜੇ ਮੈਂ ਸਾਹਮਣੇ ਮਨਮੁਖ ਮੁਗਧ ਗੁਬਾਰਾ, ਆਪਣੇ ਘਰ ਵੇਖੇ ਮਾਰਗੇ ਲਾਏ, ਮਾਰਗ ਵੀ ਉਹ ਲਾਉਂਦਾ ਹੈਗਾ ਭਾਈ, ਤਿਸ ਬਿਨ ਅਵਰ ਨਾ ਕੋਏ। ਗੁਰਮੁਖ ਨੂੰ ਉਹੀ ਉਹ ਸਾਰੇ ਦਿਖਾਉਂਦਾ ਚੀਜ਼ਾਂ, ਜੋ ਤੁਰ ਲਿਖਿਆ ਕੋਏ ਨਾ ਮਿਟੇ। ਜਿਹੜਾ ਤੁਰੋਂ ਲਿਖਿਆ ਮਸਤੇ ਖੇਚੇ ਕੋਈ ਨਾ ਮਿਟੇ ਭਾਈ, ਕਰਤਾ ਕਰੇ ਸੋ ਹੋਈ, ਜੋ ਕਰਤਾ ਕਰਦਾ ਉਹੀ ਹੁੰਦਾ ਹੈਗਾ। ਨਾਨਕ ਨਾਮ ਵਸਿਆ ਮਨ ਅੰਤਰ, ਨਾਨਕ ਕਹਿੰਦੇ ਵੀ ਨਾਮ ਅੰਤਰ ਵਸਿਆ ਮਨ ਦੇ ਵਿੱਚ ਦਿਲ ਤੇ। ਇਹਨੂੰ ਕਹਿੰਦੇ ਗੋਸਪਲ ਕੈਨਾਟ ਬੀ ਰਿਟਨ ਡਾਊਨ ਇਨ ਇੰਕ ਔਨ ਪੇਪਰ। ਪਹਿਲਾਂ ਨਿਊ ਟੈਸਟਮੈਂਟ ਪੜ੍ਹੋ, ਉਹਦੀ ਤੁਹਾਨੂੰ ਇਹ ਚੀਜ਼ਾਂ ਮਿਲਣਗੀਆਂ। ਫਿਰ ਜਿਹੜਾ ਇਹ ਹੈਗਾ, ਜਿਹੜਾ ਸੈਕਿੰਡ ਕਮਿੰਗ ਆਫ ਜੀਜ਼ ਨਾਨਕ ਸੀਗਾ, ਇਹਦੀ ਬਾਣੀ ਫਿਰ ਸਮਝ ਆਏਗੀ ਚੰਗੀ ਤਰ੍ਹਾਂ। ਜੇ ਇਹ ਸਮਝ ਆਓਗੇ ਤੇ ਉਹ ਜਿਹੜੇ ਕਹਿੰਦੇ ਨਿਊ ਟੈਸਟਮੈਂਟ ਦੇ ਪੈਰਾਬਲ, ਉਹ ਤੁਹਾਡੇ ਫਿੰਗਰ ਟਿਪ ਦੇ ਨੇ, ਉਹ ਇਹਨਾਂ ਨੂੰ ਚਰਚਾ 'ਚ ਦੱਸੋ ਵੀ ਆਹ ਮੈਨੇ ਹੈਗੇ। ਇਹਨੂੰ ਕਹਿੰਦੇ ਕ੍ਰਿਸਚੈਨਿਟੀ ਥਰੂ ਸਿੱਖਇਜ਼ਮ, ਸਿੱਖਇਜ਼ਮ ਦੇ ਰਾਹੀਂ ਇਹਨਾਂ ਨੂੰ ਕ੍ਰਿਸਚੈਨਿਟੀ ਸਮਝਾਓ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਏ, ਹੋਰ ਕੋਈ ਨਹੀਂ ਹੈਗਾ, ਉਹੀ ਹੈਗਾ, ਇੱਕੋ ਦਾ ਨਾਮ ਹੈਗਾ। ਇੰਟਰਫੇਸ ਜਿਹੜੀ ਹੈਗੀ ਇਹ ਮਨ ਦੇ ਅੰਨਿਆਂ ਦੀ ਹੈਗੀ, ਜਿਹੜਾ ਮਨ ਦਾ ਅੰਨਾ ਨਹੀਂ ਹੈਗਾ ਉਹਦੇ ਲਈ ਇੱਕ ਹੀ ਫੇਸ ਹੈਗੀ, ਵਨ ਗੋਡ ਵਨ ਫੇਸ। ਇਹੋ ਹੀ ਮੇਰਾ ਹੈਗਾ ਚੰਨ ਦਾ ਨਾਂ ਯੂਟਿਊਬ ਦਾ, ਅਤੇ ਅੱਗੇ ਹੈਗਾ ਸਾਰਾ ਕੁਛ ਉਹਦੇ 'ਤੇ ਮਿਲਦਾ ਹੈਗਾ। ਅਤੇ ਕਲਯੁਗ ਦਾ ਅਖੀਰ ਹੈਗਾ, ਜੋ ਹੋ ਰਿਹਾ ਹੈਗਾ ਉਹ ਸਭ ਤੁਹਾਨੂੰ ਫਿਰ ਪਤਾ ਨਜ਼ਰ ਆਏਗਾ।
ਤੇ ਜੇ ਤੁਸੀਂ ਨਹੀਂ ਇਹ ਚੀਜ਼ ਸਮਝੋਗੇ ਤਾਂ ਤੁਸੀਂ ਅੰਨੇ ਦੇ ਬੋਲੇ ਹੈਗੇ ਆ, ਤੇ ਜਿੱਧਰ ਜਿੱਧਰ ਉਹ ਤੁਹਾਡਾ ਮੋਹਰੀ ਲਈ ਜਾਂਦਾ ਗਾ ਮਗਰ ਤੁਰੇ ਜਾਂਦੇ ਅੰਨੇ ਵਾਂਗਾ। ਹਿੰਦੂ ਅੰਨਾ ਇਸੇ ਕਈ ਕਿਹਾ ਨਾ, ਉਹ ਬੰਬ ਦੇ ਮਗਰ ਲੱਗਦਾ, ਜੋ ਹੀ ਬੰਬ ਕਹਿੰਦਾ ਉਹੀ ਕਰਦੇ ਨੇ। ਬਾਕੀ ਬਹੁਤ ਬਾਣੀ ਜਿਹੜੀ ਉੱਚੀ ਹੈਗੀ ਆਪਣੇ ਵਿੱਚ ਆਦਿ ਗ੍ਰੰਥ ਚ ਹੈਗੀ। ਇਹ ਆਦਿ ਗ੍ਰੰਥ ਜਿਹੜਾ ਹੈਗਾ ਤੁਹਾਡੇ ਗੁਰਦੁਆਰਿਆਂ ਚ ਪਏ ਨੇ, ਇਹ ਅੱਤ ਖਾਰੀਆਂ ਬੀੜਾਂ ਨੇ ਤੇ ਖੱਤਰੀਆਂ ਨੇ ਬਹੁਤ ਇਹਦੇ ਚ ਗਲਤ ਮੁਲਤ ਕੀਤਾ ਹੈ। 200-250 ਸਫ਼ਾ ਸਾਫ਼ ਕੀਤਾ ਹੈ ਇਹਦੇ ਚ। ਜਿਹੜੀ ਅਸਲ ਬੀੜ ਹੈਗੀ ਅੱਜ ਉਹ ਖਾਰੀ ਬੀੜ ਹੈਗੀ, ਜਿਹੜੀ ਕਿ ਸਿੱਖਾਂ ਨੇ ਨਕਲ ਕੀਤੀ ਸੀਗੀ, ਉਹ ਅੱਜ ਅਸਲ ਬੀੜ ਹੈਗੀ। ਅੱਗੇ ਤੁਹਾਡੀ ਮਰਜ਼ੀ ਹੈ।